ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਦੀ ਵੀਡੀਓ ਦਾ ਸਾਡਾ ਟੋਪਿਕ ਹੈ ਜੀ ਆਧਾਰ ਕਾਰਡ ਦੀ PVC ਕਿਵੇਂ ਮੰਗਵਾਉਂਦੇ ਹਾਂ, ਯਾਨੀ ਕਿ ਪਲਾਸਟਿਕ ਦਾ ਆਧਾਰ ਕਾਰਡ ਅਸੀਂ ਕਿਵੇਂ ਔਡਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਧਾਰ ਕਾਰਡ ਦੀ ਵੈਬਸਾਈਟ 'ਤੇ ਜਾਵਾਂਗੇ UIDAI 'ਤੇ, ਠੀਕ ਹੈ ਜੀ, ਉਹ ਲੈ ਕੇ ਸਰਚ ਕਰ ਲਾਂਗੇ। ਇਸ ਤੋਂ ਬਾਅਦ ਅਸੀਂ ਫਰੰਟ ਵਾਲੀ ਵੈਬਸਾਈਟ 'ਤੇ ਓਕੇ ਕਰ ਦਾਂਗੇ ਜੀ। ਓਕੇ ਕਰਨ ਤੋਂ ਬਾਅਦ ਸਾਡੇ ਅੱਗੇ ਲੈਂਗੁਏਜ ਦੀ ਆਪਸ਼ਨ ਆ ਗਈ ਹੈ, ਲੈਂਗੁਏਜ 'ਤੇ ਓਕੇ ਕਰਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਥੋੜ੍ਹਾ ਸਕਰੋਲ ਡਾਊਨ ਕਰਾਂਗੇ, ਆਧਾਰ ਔਡਰ ਆਧਾਰ PVC ਕਾਰਡ 'ਤੇ ਓਕੇ ਕਰ ਦਾਂਗੇ। ਓਕੇ ਕਰਨ ਤੋਂ ਬਾਅਦ ਤੁਹਾਨੂੰ ਇਹ ਰੀਡਾਇਰੈਕਟ ਕਰ ਦੇਗਾ ਇੱਕ ਨੈਕਸਟ ਪੇਜ 'ਤੇ। ਨੈਕਸਟ ਪੇਜ 'ਤੇ ਜਾ ਕੇ ਆਪਾਂ ਸਕਰੋਲ ਡਾਊਨ ਕਰਾਂਗੇ, ਔਡਰ ਆਧਾਰ PVC ਕਾਰਡ 'ਤੇ ਦੁਬਾਰਾ ਓਕੇ ਕਰ ਦਾਂਗੇ। ਓਕੇ ਕਰਨ ਤੋਂ ਬਾਅਦ ਇਸ ਥਾਂ 'ਤੇ ਅਸੀਂ ਹੁਣ ਆਪਣਾ ਆਧਾਰ ਕਾਰਡ ਨੰਬਰ ਐਂਟਰ ਕਰਾਂਗੇ, ਕਿਉਂਕਿ ਇਹ ਚੀਜ਼ ਮੈਂ ਤਾਂ ਹਾਈਡ ਕਰਨ ਡਿਆ ਫਾਰ ਸਕਿਉਰਿਟੀ ਰੀਜ਼ਨ ਕਰਕੇ, ਠੀਕ ਹੈ ਜੀ। ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਜੋ ਹੈ ਐਂਟਰ ਕਰ ਦੇਣਾ। ਐਂਟਰ ਕਰਨ ਤੋਂ ਬਾਅਦ ਇਹਦੇ ਥੱਲੇ ਕੈਪਚਾ ਆਏਗਾ, ਕੈਪਚਾ ਐਂਟਰ ਕਰੋਗੇ, ਠੀਕ ਹੈ ਜੀ। ਇੱਥੇ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ, ਜੇਕਰ ਤੁਹਾਡਾ ਮੋਬਾਈਲ ਨੰਬਰ ਸੇਵ ਨਹੀਂ ਹੈ ਜਾਂ ਅਪਡੇਟ ਨਹੀਂ ਹੈ ਤਾਂ ਇੱਥੋਂ ਆਧਾਰ ਕਾਰਡ ਜਿਹੜਾ ਆ ਆਪਾਂ ਉਵੇਂ ਹੀ ਔਡਰ ਕਰ ਸਕਦੇ ਹਾਂ, ਠੀਕ ਹੈ ਜੀ। ਇੱਥੇ ਆਪਾਂ ਆਧਾਰ ਕਾਰਡ ਨੋਟ ਰਜਿਸਟਰਡ ਵਾਲੀ ਆਪਸ਼ਨ 'ਤੇ ਓਕੇ ਕਰਕੇ ਆਪਣਾ ਨੰਬਰ ਲਿਖ ਦਾਂਗੇ, ਠੀਕ ਹੈ ਜੀ। ਨੰਬਰ ਲਿਖਣ ਤੋਂ ਬਾਅਦ OTP ਆਏਗਾ, OTP ਆਉਣ ਤੋਂ ਬਾਅਦ ਉਹ ਆਪਾਂ OTP ਲਿਖ ਕੇ ਆ, ਵੇਖੋ ਜੀ ਸਾਡੀ OTP ਜਨਰੇਟ ਹੋ ਗਈ ਆ, ਸੈਂਡ ਹੋ ਗਈ ਆ, ਤਾਂ ਮੈਂ ਇੱਥੇ ਆਪਣੀ OTP ਜਿਹੜੀ ਆ ਪਾ ਦਿੰਦਾ, ਠੀਕ ਹੈ ਜੀ। OTP ਜਨਰੇਟ ਹੋਣ ਤੋਂ ਬਾਅਦ ਦੇਖੋ ਤੁਹਾਡੇ ਕੋਲ ਆਹ ਆਪਸ਼ਨ ਆ ਜਾਏਗੀ, ਠੀਕ ਹੈ ਜੀ। ਇੱਥੋਂ ਤੁਸੀਂ ਜਿਹੜੇ ਵੀ ਅਕਾਊਂਟ 'ਚੋਂ ਪੇਮੈਂਟ ਕਰਨੀ ਆ, ਜਦੋਂ ਮੈਂ Google Pay 'ਚੋਂ ਪੇਮੈਂਟ ਕਰ ਲਗਾ ਤਾਂ ਮੈਂ ਆਪਣੀ UPI ID ਇੱਥੇ ਐਂਟਰ ਕਰਾਂਗਾ ਅਤੇ ਪ੍ਰੋਸੀਡ ਕਰ ਦਾਂਗਾ, ਠੀਕ ਹੈ ਜੀ। ਜਦੋਂ ਪ੍ਰੋਸੀਡ ਕਰਾਂਗਾ ਇਸਦੇ ਅੱਗੇ ਇੱਕ ਆਪਸ਼ਨ ਖੁੱਲੇਗੀ, 5 ਮਿੰਟ ਦੀ ਦੇਣ ਡੇ ਆ, ਠੀਕ ਹੈ ਜੀ, 5 ਮਿੰਟ ਦੀ ਟਾਈਮਿੰਗ ਦੇਣ ਡੇ ਆ। ਅਤੇ ਆਪਾਂ ਇਸ ਤੋਂ ਬਾਅਦ ਆਪਣੇ Google Pay 'ਤੇ ਜਾਣਾ, Google Pay 'ਤੇ ਬਾਅਦ ਯੂਨੀਕ ਆਈਡੈਂਟੀਫਿਕੇਸ਼ਨ ਵੱਲੋਂ ਤੁਹਾਨੂੰ 50 ਰੁਪਈਆਂ ਦਾ ਇੱਕ ਪੇ ਕਰਨ ਦੀ ਆਪਸ਼ਨ ਆਏਗੀ, ਠੀਕ ਹੈ ਜੀ। ਆਪਾਂ 50 ਰੁਪਈਏ ਪੇ ਕਰ ਦੇਣੇ, ਇਹ ਬਲੈਕ ਸਕਰੀਨ ਜਿਹੜਾ ਆ Google Pay ਦੀ ਸਕਿਉਰਿਟੀ ਰੀਜ਼ਨ ਕਰਕੇ ਹੋ ਗਿਆ ਜੀ, ਠੀਕ ਹੈ ਜੀ। 50 ਰੁਪਈਏ ਪੇ ਕਰਨ ਤੋਂ ਬਾਅਦ ਵੇਖੋ ਜੀ 50 ਰੁਪਈਏ ਪੇ ਹੋ ਗਏ ਆ, ਠੀਕ ਹੈ ਜੀ, ਸਕਸੈਸ ਹੋ ਗਿਆ। ਅਸੀਂ ਦੁਬਾਰਾ ਆਪਣੇ ਬਰਾਊਜ਼ਰ 'ਤੇ ਆਵਾਂਗੇ, ਬਰਾਊਜ਼ਰ 'ਤੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਹ ਵਾਲਾ ਪੇਜ ਜਿਹੜਾ ਆ ਉਹ ਰੀਡਾਇਰੈਕਟ ਹੋ ਕੇ ਇੱਕ ਨਵੇਂ ਪੇਜ 'ਤੇ ਆ ਗਿਆ ਜੀ। ਇੱਥੋਂ ਅਸੀਂ ਦੁਬਾਰਾ ਆਪਣਾ ਕੈਪਚਾ ਐਂਟਰ ਕਰਕੇ ਆਪਣੀ ਐਕਨੋਲਜਮੈਂਟ ਸਲਿਪ ਆ ਜਿਹੜੀ ਉਹ ਡਾਊਨਲੋਡ ਕਰ ਲਾਂਗੇ, ਜਿੱਥੇ ਤੁਹਾਨੂੰ ਤੁਹਾਡਾ SN ਨੰਬਰ ਸਾਰਾ ਕੁਝ ਪ੍ਰੋਵਾਈਡ ਹੋਏਗਾ। ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।